ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜੀ ਉਡੀਕਾਂ ਸੀ ਅੱਜ ਪੂਰੀਆਂ ਹੋਈਆਂ, ਨਵਜੋਤ ਸਿੰਘ ਸਿੱਧੂ ਦੁਬਾਰਾ ਐਕਸ਼ਨ ਮੋਡ ਤੇ ਨਜ਼ਰ ਆ ਰਹੇ ਨੇ, ਕੀ ਕਹੋਗੇ? ਚੰਗਾ ਭਾਜੀ, ਸਤਿ ਸ੍ਰੀ ਅਕਾਲ। ਚੰਗਾ ਭਾਜੀ, ਸਤਿ ਸ੍ਰੀ ਅਕਾਲ। ਨਵਜੋਤ ਸਿੱਧੂ ਦਾ ਮੀਡੀਆ ਨੂੰ ਇਹ ਜਵਾਬ ਦੱਸਦਾ ਹੈ ਕਿ ਇੱਕ ਵਾਰ ਫੇਰ ਐਕਸ਼ਨ ਮੋਡ ਤੇ ਆਏ ਸਿੱਧੂ ਅਜੇ ਕੋਈ ਸਿਆਸੀ ਬਿਆਨ ਦੇਣ ਦੇ ਮੂਡ 'ਚ ਨਹੀਂ। ਅਕਸਰ ਆਪਣੇ ਬੇਬਾਕ ਬਿਆਨਾਂ ਨਾਲ ਵਿਵਾਦਾਂ 'ਚ ਘਿਰਨ ਵਾਲੇ ਨਵਜੋਤ ਸਿੱਧੂ ਇਸ ਵਾਰ ਮੀਡੀਆ ਤੋਂ ਕੋਹਾਂ ਦੂਰ ਭੱਜਦੇ ਨਜ਼ਰ ਆਏ। ਦਰਅਸਲ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਅੱਜ ਪਹਿਲੀ ਵਾਰ ਆਪਣੀ ਕੋਠੀ ਤੋਂ ਬਾਹਰ ਨਿਕਲੇ ਤੇ ਹਲਕੇ ਦੇ ਲੋਕਾਂ ਵਿੱਚ ਵਿਚਰੇ। ਆਪਣੇ ਵੱਖਰੇ ਅੰਦਾਜ਼ 'ਚ ਨਵਜੋਤ ਸਿੱਧੂ ਨੇ ਜਨਤਾ ਦਾ ਪਿਆਰ ਕਬੂਲ ਕੀਤਾ ਤੇ ਉਹਨਾਂ ਵਿੱਚ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਕਰੀਬ 15 ਦਿਨਾਂ ਬਾਅਦ ਘਰੋਂ ਬਾਹਰ ਨਿਕਲੇ ਨਵਜੋਤ ਸਿੱਧੂ ਨੇ ਸ਼ੁਰੂਆਤ ਵੇਰਕਾ ਤੋਂ ਕੀਤੀ। ਗੁਰਦੁਆਰਾ ਨਾਨਕਸਰ 'ਚ ਮੱਥਾ ਟੇਕਣ ਪਹੁੰਚੇ ਸਿੱਧੂ ਦਾ ਵੱਡੀ ਗਿਣਤੀ 'ਚ ਸਮਰਥਕਾਂ ਨੇ ਭਰਵਾਂ ਸਵਾਗਤ ਕੀਤਾ। ਮੀਡੀਆ ਵੀ ਸਿੱਧੂ ਦੇ ਅੱਗੜ ਪਿੱਛੜ ਭੱਜਦੀ ਰਹੀ, ਪਰ ਸਿੱਧੂ ਨੇ ਮੀਡੀਆ ਦੇ ਹਰ ਸਵਾਲ ਤੇ ਚੁੱਪ ਵਟਣੀ ਹੀ ਭਲੀ ਸਮਝੀ। ਹਰ ਵਾਰ ਇੱਕੋ ਜਵਾਬ ਦਿੱਤਾ, ਚੰਗਾ ਭਾਜੀ, ਸਤਿ ਸ੍ਰੀ ਅਕਾਲ, ਚੰਗਾ ਭਾਜੀ, ਸਤਿ ਸ੍ਰੀ ਅਕਾਲ। ਵੇਰਕਾ 'ਚ ਸਿੱਧੂ ਸਮਾਰਟ ਸਿਟੀ ਤਹਿਤ LED ਲਾਈਟਾਂ ਲਾਉਣ ਸੰਬੰਧੀ ਸਮਾਗਮ 'ਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਇਸ ਪ੍ਰੋਜੈਕਟ ਬਾਰੇ ਸਿੱਧੂ ਨੇ ਉੱਥੋਂ ਦੇ ਲੋਕਾਂ ਨਾਲ ਤਾਂ ਗੱਲ ਕੀਤੀ ਪਰ ਮੀਡੀਆ ਨਾਲ ਨਹੀਂ। ਹਾਲਾਂਕਿ ਵਾਰ ਵਾਰ ਪੁੱਛੇ ਜਾਣ ਤੋਂ ਬਾਅਦ ਸਿੱਧੂ ਨੇ ਸਿਰਫ 2 ਬੋਲ ਸਾਂਝੇ ਕਰਦਿਆਂ ਪ੍ਰੋਜੈਕਟ ਬਾਰੇ ਦੱਸਿਆ। 18,000 ਈਸਟ, 6,000 ਟੋਟਲ, 35 ਕਰੋੜ ਦਾ ਪ੍ਰੋਜੈਕਟ, 9 ਕਰੋੜ ਈਸਟ। ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਵੱਲੋਂ ਕੇਵਲ ਆਪਣੇ ਜਿਹੜੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਖੈਰ ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਲੋਕਾਂ ਨੂੰ ਆਪਣੇ ਮਕਬੂਲ ਨੇਤਾ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਨਵਜੋਤ ਸਿੱਧੂ ਵੀ ਦੁੱਗਣੀ ਐਨਰਜੀ ਨਾਲ ਐਕਸ਼ਨ ਮੋਡ ਤੇ ਆ ਗਏ ਨੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ TV।